ਜਿੱਥੇ ਸਾਰੇ ਪਾਸੇ ਅੱਜ ਵੁਮੈਨਸ ਡੇ ਮਨਾਇਆ ਜਾ ਰਿਹਾ ਵੀ ਔਰਤਾਂ ਦਾ ਦਿਨ ਹੈ ਅਤੇ ਔਰਤਾਂ ਨੂੰ ਮਾਣ ਸਨਮਾਨ ਦੇਣਾ ਬਣਦਾ, ਕਿਉਂਕਿ ਇਹ ਇੱਕ ਦਿਨ ਨਹੀਂ, ਇਹ ਹਰ ਰੋਜ਼ ਦੇਣਾ ਬਣਦਾ, ਤਾਂ ਹਰ ਇੱਕ ਔਰਤ ਦਾ ਮਾਣ ਸਨਮਾਨ ਬਣਦਾ, ਉਹਨਾਂ ਦਾ ਜਿਹੜਾ ਰੁਤਬਾ ਹੈਗਾ ਉਹ ਮਰਦਾਂ ਦੇ ਬਰਾਬਰ ਹੁੰਦਾ। ਗੱਲਾਂ ਕਈਆਂ ਤਾਂ ਜਾਂਦੀਆਂ ਨੇ, ਪਰ ਅੱਜ ਨਰਿੰਦਰ ਮੋਦੀ ਨੇ ਇਹ ਸਾਬਤ ਵੀ ਕਰਤਾ ਵੀ ਨਾਰੀ ਸ਼ਕਤੀ ਸਭ ਤੋਂ ਵੱਡੀ ਹੁੰਦੀ ਹੈ। ਅਤੇ ਆਹ ਪ੍ਰੋਗਰਾਮ ਨਿਊ ਦਿੱਲੀ ਦੇ ਵਿੱਚ ਚੱਲ ਰਿਹਾ ਸੀ ਅਤੇ ਨਰਿੰਦਰ ਮੋਦੀ ਦੇ ਪੈਰ ਹੀ ਹੱਥ ਲਾਉਣ ਲੱਗ ਗਈ ਜਦੋਂ ਔਰਤ, ਤਾਂ ਨਰਿੰਦਰ ਮੋਦੀ ਨੇ ਗੱਲਾਂ ਹੀ ਕੁਝ ਇਹੋ ਜਿਹੀਆਂ ਕਹਿਤੀਆਂ, ਉਹਨੂੰ ਵੀ ਪਤਾ ਲੱਗ ਗਿਆ ਵੀ ਨਾਰੀ ਦਾ ਸਨਮਾਨ ਕਿੰਨਾ ਕਰਦੇ ਨਰਿੰਦਰ ਮੋਦੀ। ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਅਤੇ ਉਹਦੇ ਪੈਰ ਹੀ ਹੱਥ ਲਾਉਣ ਲੱਗੀ ਲੇਡੀਜ਼, ਤਾਂ ਪ੍ਰਧਾਨ ਮੰਤਰੀ ਨੇ ਵੀ ਉਹਦੇ ਪੈਰ ਹੀ ਹੱਥ ਲਾਤੇ। ਯਾਰ ਵੱਡੀ ਗੱਲ ਹੈ, ਸੋਸ਼ਲ ਮੀਡੀਆ 'ਤੇ ਵੀਡੀਓ ਜਿਹੜੀ ਹੈ ਫੈਲੀ ਪਈ ਹੈ ਅਤੇ ਨਰਿੰਦਰ ਮੋਦੀ ਦਾ ਜਿਹੜਾ ਰੁਤਬਾ ਹੋਰ ਵੀ ਉੱਚਾ ਹੋ ਗਿਆ, ਕਿਉਂਕਿ ਉਹ ਨਾਰੀ ਦਾ ਸਨਮਾਨ ਕਰਦੇ ਹੈ। ਸਾਰੇ ਪਾਸੇ ਬਣਦਾ ਵੀ ਹੈ, ਕਿਉਂਕਿ ਅੱਜ ਵੁਮੈਨਸ ਡੇ ਆ ਤਾਂ ਚਾਰੇ ਪਾਸੇ ਤੁਹਾਨੂੰ ਵੀ ਸਟੋਰੀ ਸਟੇਟਸ ਦਿਖ ਰਹੇ ਹੋਣੇ, ਪਰ ਜਿਹੜਾ ਨਾਰੀ ਦਾ ਸਨਮਾਨ ਹੈ ਉਹ ਹਰ ਰੋਜ਼ ਕਰਨਾ ਬਣਦਾ, ਕਿਉਂਕਿ ਨਾਰੀ ਹੀ ਅਜਿਹੀ ਸ਼ਕਤੀ ਹੈ ਜੋ ਇਸ ਦੇਸ਼ ਨੂੰ ਬਚਾਈ ਬੈਠੀ ਹੈ। ਤਾਂ ਨਰਿੰਦਰ ਮੋਦੀ ਨੇ ਜਿਹੜਾ ਵੀਡੀਓ ਦੇ ਵਿੱਚ ਆ ਪੈਰ ਹੀ ਹੱਥ ਲਾਏ ਨਾ, ਉਹ ਤੁਸੀਂ ਦੇਖਿਓ, ਪਹਿਲਾਂ ਵੀਡੀਓ ਦੇਖਦੇ ਹਾਂ, ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਿਓ ਅਤੇ ਆਹ ਜਿਹੜਾ ਨਰਿੰਦਰ ਮੋਦੀ ਜੀ ਨੇ ਕਿਹਾ ਉਹ ਸੁਣ ਕੇ ਨਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ, ਆਪਣੀ ਰਾਏ ਜ਼ਰੂਰ ਸਾਂਝੀ ਕਰਿਓ, ਵੀਡੀਓ ਸੁਣਦੇ ਆ ਪਹਿਲਾਂ ਕੀ ਕਿਹਾ। ਆਹ ਦੇਖੋ वैसे पॉलिटिक्स में पता नहीं देश में परंपरा बन गई, लोग पैर छूते हैं। कला जगत में पैर छूना उसका भाव अलग है, लेकिन मैं बहुत डिस्टर्ब हो जाता हूँ, और उसमें भी अब कोई बेटी ਆਹ ਸੁਣਿਆ ਤੁਸੀਂ ਵੀ ਨਰਿੰਦਰ ਮੋਦੀ ਕਹਿੰਦੇ ਵੀ ਕਲਾ ਜਗਤ ਦੇ ਵਿੱਚ ਤਾਂ ਦੇਖਿਆ, ਪਰ ਪੋਲੀਟਿਕਸ ਦੇ ਵਿੱਚ ਵੀ ਹੁੰਦਾ। ਪਰ ਮੈਨੂੰ ਮਹਿਸੂਸ ਹੁੰਦਾ ਵੀ ਜਦੋਂ ਕੋਈ ਲੜਕੀ ਜਾਂ ਮੇਰੀ ਬੇਟੀ ਕੋਈ ਪੈਰ ਛੂੰਦੀ ਹੈ ਤਾਂ ਮੈਨੂੰ ਮਹਿਸੂਸ ਹੁੰਦੀਆਂ ਇਹ ਗੱਲਾਂ। ਤਾਂ ਅੱਜ ਇਸੇ ਕਰਕੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਨਰਿੰਦਰ ਮੋਦੀ ਨੇ ਬਦਲੇ ਦੇ ਵਿੱਚ ਉਸ ਲੜਕੀ ਦੇ ਪੈਰ ਛੂਤੇ, ਤਾਂ ਯਾਰ ਇੱਕ ਚੀਜ਼ ਸਾਹਮਣੇ ਕੀਤੀ ਹੈ ਵੀ ਨਾਰੀ ਸ਼ਕਤੀ ਸਭ ਤੋਂ ਵੱਡੀ ਹੁੰਦੀ ਹੈ ਅਤੇ ਇਹਨਾਂ ਦਾ ਸਨਮਾਨ ਕਰਨਾ ਬਣਦਾ। ਜਿਵੇਂ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਨਾਰੀ ਦੇ ਪੈਰ ਛੂ ਸਕਦਾ ਨਾ, ਤਾਂ ਉੱਥੇ ਸਾਰਿਆਂ ਨੂੰ ਇੱਜ਼ਤ ਕਰਨਾ ਬਣਦਾ। ਅਤੇ ਜਿਹੜਾ ਔਰਤਾਂ ਦਾ ਸਨਮਾਨ ਕਰਨਾ, ਔਰਤਾਂ ਦੀ ਇੱਜ਼ਤ ਕਰਨੀ, ਉਹਨਾਂ ਦਾ ਉਹਨਾਂ ਨੂੰ ਉਸ ਬਰਾਬਰ ਹੱਕ ਦੇਣਾ ਦੁਨੀਆ ਦੇ ਵਿੱਚ, ਸਮਾਜ ਦੇ ਵਿੱਚ, ਉਹ ਹਰ ਇੱਕ ਨਾਗਰਿਕ ਦਾ ਬਣਦਾ। ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਤੁਸੀਂ ਇਸ ਵੀਡੀਓ ਬਾਰੇ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਕਮੈਂਟਾਂ ਦੇ ਵਿੱਚ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਧੰਨਵਾਦ।